ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀ ਭੰਗੂ ਫਾਰਮਿੰਗ ਤੇ। ਦੋਸਤੋ, ਅੱਜ ਅਸੀਂ ਜੋ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ, ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਵਰਾਜ ਕੰਪਨੀ ਦਾ 735 ਟਰੈਕਟਰ ਦਿਖਾਵਾਂਗੇ। ਇੱਕ ਤਾਂ 735 ਦੋਸਤੋ FE ਹੈ, ਪਰ ਅੱਜ ਜੋ ਵੀਡੀਓ ਅਸੀਂ ਲੈ ਕੇ ਆਏ ਇਸ ਦੇ ਵਿੱਚ FEE ਦੇ ਵਿੱਚ ਜੋ ਸੀਰੀਅਲ ਆਉਂਦੀ ਹੈ ਉਹ ਟਰੈਕਟਰ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣਾ ਹੈ ਤੇ ਥੋੜੀ ਬਹੁਤੀ ਉਸਦੀ ਜਾਣਕਾਰੀ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਰਿਵਿਊ ਵੀ ਦਵਾਂਗੇ ਦੋਸਤੋ। ਤੇ ਜਿਹੜੇ ਵੀ ਸਾਡੇ ਦੋਸਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਨੀਚੇ ਘੰਟੀ ਦਾ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ। ਤੇ ਆ ਜਾਓ ਦੋਸਤੋ, ਫਿਰ ਵੀਡੀਓ ਨਾਲ ਬਣੇ ਰਹੋ, ਦਿਖਾਉਂਦੇ ਹਾਂ ਤੁਹਾਨੂੰ ਟਰੈਕਟਰ। ਦੋਸਤੋ, ਇਹ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ 735 FEE ਸਾਹਮਣੇ ਵੀਡੀਓ ਦੇ ਵਿੱਚ ਨਾ ਨਾ ਯਾਰ ਚਲਾਉਣਾ। ਦੋਸਤੋ, ਇਹ ਟਰੈਕਟਰ 42 HP ਦੇ ਵਿੱਚ ਹੈ ਜੋ ਕਿ 735 FEE ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਨੋਨ ਐਡਜਸਟੇਬਲ ਫਰੰਟ ਹਿੱਸੇ ਦੇ ਨਾਲ ਹੈ ਦੋਸਤੋ, ਔਰ ਜੇਕਰ ਇਸਦੇ ਪਾਵਰ ਸਟੇਅਰਿੰਗ ਦੀ ਗੱਲ ਕਰੀਏ ਸਿੰਗਲ ਐਕਟਿਵ ਪੰਪ ਦੇ ਨਾਲ ਇਹ ਟਰੈਕਟਰ ਆਉਂਦਾ ਹੈ। ਬੋਸ਼ ਕੰਪਨੀ ਦਾ 3 ਸਿਲੰਡਰ ਇਨਲਾਈਨ ਪੰਪ ਹੈ ਇਸ ਟਰੈਕਟਰ ਦੇ ਵਿੱਚ। ਔਰ ਇਸਨੂੰ ਮੈਂਟੇਨੈਂਸ ਫਰੀ ਰੱਖਣ ਵਾਸਤੇ ਵਾਟਰ ਸਪਰੇਟਰ ਲਗਾਇਆ ਗਿਆ ਹੈ ਔਰ ਆਇਲ ਏਅਰ ਫਿਲਟਰ ਦੇ ਨਾਲ ਹੈ ਇਹ ਟਰੈਕਟਰ ਦੋਸਤੋ। ਔਰ ਡਬਲ ਕਲੱਚ ਦੇ ਨਾਲ ਇਹ ਟਰੈਕਟਰ ਹੈ। ਔਰ ਜੇਕਰ ਮੀਟਰਾਂ ਦੀ ਗੱਲ ਕਰੀਏ ਇਸ ਦੇ ਵਿੱਚ ਫਿਊਲ ਮੀਟਰ, ਆਇਲ ਮੀਟਰ, ਔਰ ਵਾਟਰ ਮੀਟਰ, ਟੈਂਪਰੇਚਰ ਮੀਟਰ, ਬੈਟਰੀ ਮੀਟਰ, RPM ਮੀਟਰ ਦੋਸਤੋ। ਔਰ ਇਸ ਟਰੈਕਟਰ ਦੇ ਵਿੱਚ 4 ਗੇਅਰ ਅਤੇ 1 ਰਿਵਰਸ ਗੇਅਰ ਆਉਂਦਾ ਹੈ ਅਤੇ ਹਾਈ ਲੋ ਦੇ ਨਾਲ ਹੈ ਇਹ ਟਰੈਕਟਰ ਦੋਸਤੋ। ਔਰ ਇਹ PTO ਗੇਅਰ ਹੈ ਇਸਦਾ ਦੋਸਤੋ, ਜੋ ਕਿ 540 PTO ਦੇ ਨਾਲ ਇਹ ਟਰੈਕਟਰ ਆਉਂਦਾ ਹੈ। ਔਰ ਡਬਲ ਕਲੱਚ ਦੇ ਨਾਲ ਹੈ ਇਹ ਟਰੈਕਟਰ ਦੋਸਤੋ। ਆਹ ਤੁਸੀਂ ਇਸਦੀ ਲਿਸਟ ਦੇਖ ਸਕਦੇ ਹੋ, ਇੰਜਣ ਸੀਰੀਅਲ ਨੰਬਰ ਦੋਸਤੋ ਇਸਦਾ ਇਹ। ਦੋਸਤੋ, ਇਸ ਟਰੈਕਟਰ ਦੇ ਬਾਹਰਲੀ ਸਾਈਡ 'ਤੇ ਇਸਦੀ ਬੈਟਰੀ ਬਾਕਸ ਦਿੱਤਾ ਗਿਆ ਹੈ, ਡਬਲ ਐਕਟਿੰਗ ਪੰਪ, ਹਾਈਡ੍ਰੋਲਿਕ ਪੰਪ ਅਤੇ ਏਅਰ ਪ੍ਰੈਸ਼ਰ ਸਟੀਅਰਿੰਗ ਪੰਪ। ਜੇਕਰ ਇਸਦੀ ਹਿੱਚ ਦੀ ਗੱਲ ਕਰੀਏ ਦੋਸਤੋ, ਐਡਜਸਟੇਬਲ ਹਿੱਚ 540 PTO ਔਰ ਐਡਜਸਟੇਬਲ ਟੋਪ ਲਿੰਕ, ਐਡਜਸਟੇਬਲ ਇਸਦੀ ਲਿਫਟ ਲਿੰਕੇਜ। ਔਰ ਜੇਕਰ ਇਸਦੀ ਗੱਲ ਕਰੀਏ ਰਿਜੈਕਟੇਬਲ ਸਾਈਡ 'ਤੇ ਟਾਪ ਗ੍ਰਿਲ ਲਿੰਕ ਦੇ ਨਾਲ ਆਉਂਦਾ ਹੈ। ਪਹਿਲਾਂ ਸੰਗਲ ਹੁੰਦਾ ਸੀ ਦੋਸਤੋ, ਹੁਣ ਉਹ ਕੰਪਨੀ ਨੇ ਬੰਦ ਕਰਤੇ, ਬਦਲ ਕੇ ਇਹ ਬਣਾ ਦਿੱਤਾ ਗਿਆ ਹੈ, ਲਗਾ ਦਿੱਤਾ ਗਿਆ ਹੈ। ਇੱਥੇ ਚਾਰਜਿੰਗ ਪੁਆਇੰਟ, ਫੋਨ ਰੱਖਣ ਦੇ ਲਈ ਬੋਕਸ ਦਿੱਤਾ ਗਿਆ ਹੈ ਦੋਸਤੋ, ਇੱਕ ਟੂਲ ਬੋਕਸ ਦੋਸਤੋ। ਔਰ ਪਿਛਲੀ ਸਾਈਡ ਇਸਦੇ ਰਿਫੈਕਟਰ ਲਗਾਇਆ ਗਿਆ ਹੈ, ਨੋਰਮਲ ਲਾਈਟਾਂ, ਪਾਰਕਿੰਗ ਲਾਈਟਾਂ, ਬੈਕ ਲਾਈਟ ਦੋਸਤੋ। 120 kg ਦੀ ਇਸਦੀ ਸੀਟ ਕਪੈਸਿਟੀ ਹੈ ਵਜ਼ਨ ਦੀ ਦੋਸਤੋ, ਸੀਟ ਦੀ ਐਡਜਸਟੇਬਲ ਸੀਟ ਉੱਪਰ ਨੀਚੇ ਦੋਸਤੋ। ਅਗਲੀ ਵਾਰੀ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ।